दिल तू है दिलबर तू ही अतदीद तू ही दुख तेरा नींदर भुख आराम तू ही तू अत तै बिन जगत अंधेरा नैन परान हयाती किया डेरा हाशिम सांझ तू साडे दम दी और बसदा मुल्क बतेरा और बसदा मुल्क बतेरा जी आज फिर असीं गल कर रहे हैं हाशिम शाह ते हाशिम शाह जड़ा है वो भी एक पंजाबी दा मेजर पोएट सी लेकिन उदे बारे च अदबी हलकियां तो बाहर बहुत घट गलबात की जाती है लेकिन ये वो एक इंपॉर्टेंट शायर सीगा अपनी पीरियड का और उदे बारे च क्यों नहीं गल की जाती क्यों की जाती है उन्हें की लिखा इस बारे च असी अज गलबात करांगे अच्छा पहली गल तो हैगी है कि जड़ा हाशिम शाह उरी 1735 च पैदा होए और 1843 च उन्हां दी जड़ा वसाल होया 1735 दा मतलब ये है वारिश शाह पैदा होया 1722 च इहदा मतलब है कि वो वारिश शाह दा भी कंटेंपररी सी ठीक है नाल ये भी सानूं पता लगता है कि वो क्योंकि वारिश शाह जड़ा है वो सचल सरमस का भी कंटेंपररी सी तो इस वास्ते सचल सरमस का भी कंटेंपररी होया ठीक है तो क्योंकि हाशिम शाह ने बड़ी उम्र पाई आलमोस्ट 96 साल इसलिए उन्हें बड़ा जमाना वेख्या हाशिम शाह जड़े सन वो बुनियादी तौर पर एक पिंड जड़ा जलंधर च ਉਹਦੇ ਵਿੱਚ ਇੱਕ ਛੋਟੇ ਜਿਹੇ ਪੀਰ ਫੈਮਿਲੀ ਤੋਂ ਤਲਕ ਰੱਖਦੇ ਸਨ ਔਰ ਆਪ ਵੀ ਜਿਹੜੇ ਹਾਸ਼ਿਮ ਸ਼ਾਹ ਹੋਰੀ ਨੇ ਉਹ ਆਪ ਵੀ ਪੀਰੀ ਮੁਰੀਦੀ ਕਰਦੇ ਸਨ ਅਰਬਨ ਹੋ ਗਏ ਨਾ ਫਿਰ ਨਹੀਂ ਪੀਰੀ ਮੁਰੀਦ ਦਾ ਮਤਲਬ ਅਰਬਨ ਹੋਣਾ ਜ਼ਰੂਰੀ ਨਹੀਂ ਹੈ ਜਲੰਧਰ ਤੋਂ ਮੇਰੇ ਮੁਰਾਦ ਸੀ ਜਿਸ ਤਰ੍ਹਾਂ ਨਹੀਂ ਜਲੰਧਰ ਦਾ ਪਿੰਡ ਸੀਗਾ ਠੀਕ ਹੈ ਇੱਕ ਦੂਰ ਦਰਾਜ ਪਿੰਡ ਸੀਗਾ ਜਗਦੇਵ ਕਲਾਂ ਜਲੰਧਰ ਦਾ ਇਸ ਵਾਸਤੇ ਪਿੰਡ ਸੀਗਾ ਅਤੇ ਆਪਣਾ ਲੇਕਿਨ ਉਹ ਜਿਸ ਤਰ੍ਹਾਂ ਦੇ ਪੀਰ ਸਨ ਉਹ ਇਸ ਤਰ੍ਹਾਂ ਦੇ ਸਨ ਕਿ ਨਾਲ ਉਹ ਤਰਖਾਣੀ ਵੀ ਕਰਦੇ ਸਨ ਕਾਰਪੈਂਟਰ ਵੀ ਸਨ ਸੋ ਮਤਲਬ ਗੁਜ਼ਾਰਾ ਕਰਨ ਲਈ ਤਰਖਾਣੀ ਦਾ ਕੰਮ ਵੀ ਕਰਦੇ ਸਨ ਔਰ ਉਹ ਤਰਖਾਣ ਦੇ ਪੇਸ਼ੇ ਦੇ ਜਿਹੜਾ ਹੈਗਾ ਹੈ ਉਹ ਬੜੇ ਸਾਲ ਕੱਢਦੇ ਰਹੇ ਮਤਲਬ ਉਸ ਵੇਲੇ ਤੱਕ ਕੱਢਦੇ ਰਹੇ ਕਿ ਜਦੋਂ ਤੱਕ ਰਣਜੀਤ ਸਿੰਘ ਨੇ ਉਹਨਾਂ ਦਾ ਵਜ਼ੀਫਾ ਨਹੀਂ ਲਾਇਆ ਠੀਕ ਹੈ ਫਿਰ ਇੱਕ ਸਟੇਜ 'ਤੇ ਮੇਰਾ ਖਿਆਲ ਹੈ ਕਿ ਉਹ ਕੋਈ 60-70 ਸਾਲ ਦੀ ਉਮਰ ਦੇ ਵਿੱਚ ਹੋਣਗੇ ਉਸ ਵੇਲੇ ਰਣਜੀਤ ਸਿੰਘ ਦੇਖੋ ਨਾ ਜੀ ਰਣਜੀਤ ਸਿੰਘ 1799 'ਚ ਉਹਨੇ ਆਪਣੀ ਸਲਤਨਤ ਜਿਹੜੀ ਹੈ ਲਾਹੌਰ 'ਚ ਕਾਇਮ ਕੀਤੀ ਅਤੇ ਇਹਦਾ ਮਤਲਬ ਇਹ ਹੈ ਕਿ ਉਦੋਂ ਆਪਣਾ ਹਾਸ਼ਿਮ ਸ਼ਾਹ ਹੋਰੀ 64-65 ਦੇ ਹੋਣਗੇ ਅਤੇ ਕੋਈ 70 ਦੇ ਹੋਣਗੇ ਜਦੋਂ ਰਣਜੀਤ ਸਿੰਘ ਨੇ ਉਹਨਾਂ ਨੂੰ ਉਹਨਾਂ ਦਾ ਵਜ਼ੀਫਾ ਲਾਇਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਤਰਖਾਣੀ ਵਰਖਾਣੀ ਦਾ ਕੰਮ ਛੱਡ ਦਿੱਤਾ ਅਤੇ ਉਹ ਪੜ੍ਹਨ ਲਿਖਣ ਦੇ ਕੰਮ ਦੇ ਵਿੱਚ ਜ਼ਿਆਦਾ ਮਸਰੂਫ ਰਹੇ ਠੀਕ ਹੈ ਇਹ ਤਾਂ ਸੀ ਉਹਨਾਂ ਦੀ ਜ਼ਿੰਦਗੀ ਦੀ ਬੈਕਗਰਾਊਂਡ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਾਸ਼ਿਮ ਸ਼ਾਹ ਹੋਰੀ ਉਨੇ ਮਸ਼ਹੂਰ ਕਿਉਂ ਨਾ ਹੋਏ ਜਿੰਨੇ ਮਸ਼ਹੂਰ ਵਾਰਿਸ ਸ਼ਾਹ ਹੋਰੀ ਹੋਏ ਠੀਕ ਹੈ ਕਿਉਂਕਿ ਉਹਨਾਂ ਦੋਵਾਂ ਦਾ ਪੀਰੀਅਡ ਇੱਕ ਹੈ ਸਚਲ ਸਰਮਸਤ ਹੋਏ ਬਿਲਕੁਲ ਜਾਂ ਜਿਵੇਂ ਸਚਲ ਸਰਮਸਤ ਹੈ ਠੀਕ ਹੈ ਅਤੇ ਉਹਦੇ 'ਚ ਕੀ ਸੀ ਜਿਹੜਾ ਕਿ ਆਪਣਾ ਜਿਹੜਾ ਵਾਰਿਸ ਸ਼ਾਹ ਸੀ ਜਾਂ ਉਸ ਜ਼ਮਾਨੇ ਦੇ ਬੁੱਲੇ ਸ਼ਾਹ ਨੂੰ ਵੀ ਲਾ ਲਓ
ਅਬਦੁਲ ਲਤੀਫ ਬਟਾਈ ਨੂੰ ਹੀ ਲਾ ਲਓ, ਸ਼ਾਹ ਅਬਦੁਲ ਲਤੀਫ ਬਟਾਈ ਨੂੰ ਵੀ, ਉਸ ਪੀਰੀਅਡ 'ਤੇ ਅਸੀਂ ਗੱਲ ਕਰ ਰਹੇ ਹਾਂ। ਹਾਂ ਠੀਕ ਹੈ। ਔਰ ਉਰਦੂ 'ਤੇ ਵੀ ਮੇਜਰ ਜਿਹੜੀ ਜਿਹੜੀ ਟਰੈਡੀਸ਼ਨ ਹੈ ਮੀਰ ਤਕੀ ਮੀਰ ਦੀ ਔਰ ਮੀਰ ਦਰਦ ਦੀ ਔਰ ਇਹਨਾਂ ਸਾਰਿਆਂ ਦੀ, ਉਸ ਪੀਰੀਅਡ ਦੀ ਅਸੀਂ ਗੱਲ ਕਰ ਰਹੇ ਹਾਂ। ਠੀਕ ਹੈ। ਉਹਦੇ ਵਿੱਚ ਹਾਸ਼ਮ ਸ਼ਾਹ ਨੂੰ ਅਸੀਂ ਵੇਖ ਰਹੇ ਹਾਂ। ਮੇਰਾ ਆਪਣਾ ਇਹ ਖਿਆਲ ਹੈ ਕਿ ਹਰ ਦੌਰ 'ਚ ਜਾਂ ਉਹ ਦੌਰ ਜਿਹੜਾ ਕਿ ਕ੍ਰੀਏਟਿਵ ਆਰਟਸ ਦਾ ਵੱਡਾ ਦੌਰ ਹੁੰਦਾ ਹੈ, ਉਹਦੇ ਵਿੱਚ ਕੁਛ ਪੋਇਟਸ ਜਾਂ ਦਾਨਿਸ਼ਵਰ ਜਾਂ ਵਿਚਾਰਵਾਨ ਜਿਹੜੇ ਨੇ ਨਾ, ਉਹ ਖਿਆਲਾਂ ਦੀ ਇੱਕ ਵਲਗਣ ਬਣਾ ਦਿੰਦੇ ਨੇ ਔਰ ਬਾਕੀਆਂ ਨੂੰ ਉਹਦੇ ਵਿੱਚ ਕੰਮ ਕਰਨਾ ਪੈਂਦਾ ਹੈ। ਅੱਛਾ। ਉਹ ਜਿਹੜੀ ਵਲਗਣ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਮੈਂ ਉਹਦੀ ਜਿਹੜਾ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਨੇ, ਉਹਨੂੰ ਪੈਰਾਡਾਈਮ ਕਹਿੰਦੇ ਨੇ ਕਿ ਇੱਕ ਪੈਰਾਡਾਈਮ ਹੈ ਜਿਹਨੂੰ ਕਿ ਕੁਛ ਲੋਕ ਤਖਲੀਕ ਕਰਦੇ ਨੇ, ਬਾਕੀ ਲੋਕ ਉਸ ਪੈਰਾਡਾਈਮ ਦੇ ਅੰਦਰ ਰਹਿੰਦੇ ਨੇ। ਠੀਕ ਹੈ। ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜੀ ਆਪਣਾ 18ਵੀਂ ਸਦੀ ਦੀ ਪੈਰਾਡਾਈਮ ਸੀ ਪੰਜਾਬੀ ਫਿਕਰ ਦੀ, ਪੰਜਾਬੀ ਵਿਚਾਰ ਦੀ, ਉਹ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਨੇ ਡਿਫਾਈਨ ਕਰ ਦਿੱਤੀ ਸੀ। ਅੱਛਾ, ਠੀਕ ਹੈ। ਇਹਨਾਂ ਨੂੰ ਉਹਦੇ ਵਿੱਚ ਹੀ ਕੰਮ ਕਰਨਾ ਪਿਆ। ਸੋ ਜਿਹੜਾ ਵੀ ਹੋਰ ਸ਼ਾਇਰ ਲਿਖੇਗਾ ਇਸ ਪੀਰੀਅਡ 'ਚ, ਉਹਨੂੰ ਉਹਨਾਂ ਦੇ ਮੁਕਰਰ ਕੀਤੇ ਹੋਏ ਜਿਹੜੀਆਂ ਬਾਉਂਡਰੀਜ਼ ਨੇ ਫਿਕਰ ਦੀਆਂ, ਬਾਉਂਡਰੀਜ਼ ਜਿਹੜੀਆਂ ਨੇ ਫਿਲਾਸਫੀ ਦੀਆਂ, ਬਾਉਂਡਰੀਜ਼ ਜਿਹੜੀਆਂ ਨੇ ਸਮਾਜੀ ਸੋਚ ਦੀਆਂ, ਉਹਨਾਂ ਦੇ ਅੰਦਰ ਹੀ ਕੰਮ ਕਰਨਾ ਪਏਗਾ। ਠੀਕ ਹੈ। ਜਿਵੇਂ ਕਿ ਮਸਲਨ ਮੈਂ ਤੁਹਾਨੂੰ ਦੱਸਣਾ ਹੈ ਕਿ ਸਾਰਥ ਨੇ ਜਿਹੜਾ ਫਰਾਂਸੀਸੀ ਫਲਸਫਾਦਾਨ ਹੈ, ਉਹਨੇ ਇੱਕ ਕਿਤਾਬ ਲਿਖੀ ਹੈ ਮਾਰਕਸਿਜ਼ਮ ਦੀ ਕ੍ਰਿਟੀਕ ਦੇ ਵਿੱਚ, ਕ੍ਰਿਟੀਕ ਆਫ ਮਾਰਕਸਿਜ਼ਮ ਹੈ ਜਾਂ ਕ੍ਰਿਟੀਕ ਆਫ ਸਮਥਿੰਗ ਲਾਈਕ ਦੈਟ, ਉਹ ਮੈਂ ਦੇਖੀ ਹੈ ਕਿਤਾਬ। ਮਸਲ ਉਹਦੇ 'ਚ ਉਹਨੇ ਕਿਹਾ ਕਿ ਜਿਹੜਾ ਮਾਰਕਸ ਹੈ ਉਹਨੇ ਜਿਹੜੀਆਂ ਹਿਸਟਰੀ ਦੀਆਂ ਕੈਟੇਗਰੀਜ਼ ਜਿਹੜੀਆਂ ਡਿਸਕਵਰ ਕਰ ਲਈਆਂ ਔਰ ਡਿਫਾਈਨ ਕਰ ਦਿੱਤੀਆਂ, ਕੋਈ ਉਹਨਾਂ ਤੋਂ ਬਾਹਰ ਨਹੀਂ, ਮੈਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਦੇ ਆਰ ਦਾ ਮੋਸਟ ਮਾਡਰਨ ਇਨਵੈਨਸ਼ਨਸ, ਮੈਂ ਉਹਨਾਂ ਦੇ ਅੰਦਰ ਕੰਮ ਕਰ ਸਕਦਾ ਔਰ ਮੈਂ ਉਹਦੇ ਅੰਦਰ ਹੀ ਕੰਮ ਕਰ ਰਿਹਾ, ਉਸ ਕੈਟੇਗਰੀ ਦੇ ਅੰਦਰ ਮੈਂ ਦੱਸ ਰਿਹਾ ਕੀ ਹੁੰਦਾ ਹੈ। ਪੈਰਾਡਾਈਮ ਦਾ ਇਹ ਹੁੰਦਾ ਹੈ ਕਿ ਪੈਰਾਡਾਈਮ ਜਿਹੜੇ ਨੇ ਉਹ ਪੈਰਾਡਾਈਮ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਖਿਲਾਰ ਦਾ, ਮਤਲਬ ਇੱਕ ਵੱਡੀ ਹਵੇਲੀ ਹੁੰਦੀ ਹੈ ਜਿਹਨੂੰ ਵੱਡੇ ਰਾਈਟਰਸ, ਜ਼ਮਾਨਾ ਸਾਜ਼ ਰਾਈਟਰਸ ਬਣਾਉਂਦੇ ਨੇ, ਫਿਰ ਉਸ ਹਵੇਲੀ ਦੇ ਅੰਦਰ ਕਈ ਵੱਡੇ ਵੱਡੇ ਸ਼ਾਇਰ, ਕਈ ਵੱਡੇ ਵੱਡੇ ਆਰਟਿਸਟ ਮੌਜੂਦ ਹੁੰਦੇ ਨੇ ਜਿਹੜੇ ਉਸ ਪੈਰਾਡਾਈਮ ਨੂੰ ਖਿਲਾਰ ਕੇ ਦਿਖਾਉਂਦੇ ਨੇ, ਉਹਦੇ ਮਿਹਨਤ ਦਿਖਾਉਂਦੇ ਨੇ। ਮੈਂ ਸਮਝਦਾ ਕਿ ਹਾਸ਼ਿਮ ਸ਼ਾਹ ਉਸ ਪੈਰਾਡਾਈਮ ਦੇ ਅੰਦਰ, ਜਿਹੜੀ ਪੈਰਾਡਾਈਮ 'ਚ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਨੇ ਬਣਾਈ ਸੀ, ਉਸ ਪੈਰਾਡਾਈਮ ਦੇ ਅੰਦਰ ਰਹਿ ਕੇ ਉਹਦੀਆਂ ਜਿਹੜੀਆਂ ਤਖਲੀਕਾਂ ਨੇ, ਉਹਨੇ ਜੋ ਸਿਰਜਣਾ ਕੀਤੀ ਹੈ ਪੋਇਟਰੀ ਦੀ, ਉਹ ਆਪਣੇ ਤੌਰ 'ਤੇ ਬਹੁਤ ਅਹਿਮ ਹੈ ਕਿਉਂਕਿ ਜਿਹੜੀ ਵੱਡਾ ਸ਼ਾਇਰ ਹੈ ਜਾਂ ਜਿਹੜਾ ਪੈਰਾਡਾਈਮ ਬਣਾ ਰਿਹਾ ਹੁੰਦਾ ਹੈ ਜਾਂ ਜਿਹੜਾ ਵਲਗਣ ਬਣਾ ਰਿਹਾ ਹੁੰਦਾ ਹੈ, ਉਹ ਤੁਹਾਨੂੰ ਡਿਟੇਲ ਨਹੀਂ ਦੱਸਦਾ। ਅੱਛਾ, ਉਹ ਤੁਹਾਨੂੰ ਆਪ ਲੱਭਣੀ ਪੈਂਦੀ ਹੈ ਜਾਂ ਉਹ ਤੁਹਾਨੂੰ ਆਪ ਲੱਭਣੀ ਪੈਂਦੀ ਹੈ, ਉਹ ਡਿਟੇਲ ਜਿਹੜੀ ਹੈ ਜਿਹੜੀ ਹੈਗੀ ਹੈ ਉਹ ਹੋਰ ਦੂਜੇ ਲੋਕ ਕੱਢਦੇ ਨੇ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸੈਕੰਡਰੀ ਸ਼ਾਇਰ ਹੁੰਦੇ ਨੇ। ਠੀਕ ਹੈ। ਸਟਰਗਲਿੰਗ ਕਹਿ ਲਓ, ਸਟਰਗਲਿੰਗ ਨਹੀਂ, ਮੈਂ ਕਹਾਂਗਾ ਕਿ ਬਈ ਉਹ ਉਸ ਪੈਰਾਡਾਈਮ 'ਚ ਕੰਮ ਕਰ ਰਹੇ ਹੁੰਦੇ ਨੇ। ਮੈਨੂੰ ਪਤਾ ਨਹੀਂ ਉਹਦੇ ਲਈ ਕੀ ਲਫ਼ਜ਼ ਮੈਂ ਵਰਤਾਂ। ਮਸਲਾਂ ਤੁਸੀਂ ਉਰਦੂ ਪੋਇਟਰੀ 'ਚ ਵੇਖੋ, ਮਾਡਰਨ ਉਰਦੂ ਪੋਇਟਰੀ ਦੇ ਵਿੱਚ ਕਿ ਫੈਜ਼, ਨੂਨੂ ਰਾਸ਼ਦ, ਵਜੀਦ ਅਮਜਦ ਇੱਕ ਪੈਰਾਡਾਈਮ ਕ੍ਰੀਏਟ ਕਰ ਦਿੰਦੇ ਨੇ। ਠੀਕ। ਹੁਣ ਉਹਦੇ 'ਚ ਕੋਈ ਸੈਂਕੜਿਆਂ ਪੋਇਟਸ ਨੇ ਮਾਡਰਨ ਪੋਇਟਰੀ ਕੀਤੀ ਹੈ, ਲੇਕਿਨ ਉਹ ਉਸ ਪੈਰਾਡਾਈਮ ਦੇ ਅੰਦਰ ਹੀ ਰਹਿੰਦੀ ਹੈ। ਲੇਕਿਨ ਉਹ ਲੋਕਾਂ ਨੇ ਜਿਨ੍ਹਾਂ ਨੇ ਕੀਤੀ ਹੈ ਉਹ ਉਹਨਾਂ ਤੋਂ ਬਾਅਦ ਆਏ ਔਰ ਫਿਰ ਉਹਦੇ 'ਚ ਉਹਨਾਂ ਨੇ
ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਹਾਸ਼ਿਮ ਸ਼ਾਹ ਦਾ ਪ੍ਰੋਬਲਮ ਇੱਕ ਇਹ ਵੀ ਆ ਗਿਆ ਨਾ ਕਿ ਉਹ ਉਸੇ ਜ਼ਮਾਨੇ 'ਚ ਵੀ ਰਹਿ ਰਹੇ ਨੇ ਔਰ ਉਸ ਉਦੋਂ ਹੀ ਡਿਫਾਈਨ ਕੀਤੀਆਂ ਗਈਆਂ ਨੇ, ਨਵੀਆਂ ਨਵੀਆਂ ਸਮੇਂ ਲੋਨਾਂ ਡਿਫਾਈਨ ਕੀਤੀਆਂ ਗਈਆਂ ਨੇ ਅਤੇ ਇਹ ਉਹਨਾਂ ਦਾ ਨਹੀਂ ਇਹਦੇ 'ਚ ਕ੍ਰੋਨੋਲੋਜੀਕਲ ਨਹੀਂ ਹੁੰਦਾ। ਮਜੀਦ ਅਮਜਦ ਫੈਜ਼ ਔਰ ਰਾਸ਼ਦ ਦੇ ਜ਼ਮਾਨੇ 'ਚ ਵੀ ਜਿਹੜੇ ਜਦੀਦ ਪੋਇਟ ਸਨ ਉਹ ਲਿਖ ਰਹੇ ਸਨ, ਲੇਕਿਨ ਉਹਨਾਂ ਦੀ ਪੈਰਾਡਾਈਮ ਤੋਂ ਬਾਹਰ ਨਹੀਂ ਸੀ ਜਾ ਸਕਦੇ, ਠੀਕ ਹੈ, ਕਿਉਂਕਿ ਉਹ ਮੇਜਰ ਪੋਇਟ ਸਨ, ਠੀਕ ਹੈ। ਸੋ ਲਿਹਾਜ਼ਾ ਜਿਹੜਾ ਹਾਸ਼ਿਮ ਸ਼ਾਹ ਹੈ ਇਸੇ ਵਾਸਤੇ ਹਾਸ਼ਿਮ ਸ਼ਾਹ ਓਵਰਸ਼ੈਡੋ ਹੋ ਗਿਆ, ਹਾਂ ਇਸੇ ਵਾਸਤੇ ਓਵਰਸ਼ੈਡੋ ਹੋ ਗਿਆ, ਠੀਕ ਹੈ, ਔਰ ਉਹਨੂੰ ਉਂਝ ਨਹੀਂ ਪੜ੍ਹਿਆ ਗਿਆ ਜਿਵੇਂ ਉਹਨੂੰ ਪੜ੍ਹਿਆ ਜਾਣਾ ਚਾਹੀਦਾ ਸੀ, ਠੀਕ, ਕਿਉਂਕਿ ਅਗਰ ਅਸੀਂ ਉਵੇਂ ਪੜ੍ਹੀਏ ਵੱਡੇ ਸ਼ਾਇਰਾਂ ਨੂੰ ਜਾਂ ਵੱਡੇ ਆਪਣਾ ਫਨਕਾਰਾਂ ਨੂੰ ਤਾਂ ਫਿਰ ਤਾਂ ਯਾਰ ਪੂਰੀ ਦੁਨੀਆਂ ਦੇ ਵਿੱਚ ਦੋ ਦਰਜਣ ਹੋਣਗੇ, ਠੀਕ ਹੈ, ਤਾਂ ਉਸ ਤੋਂ ਬਾਅਦ ਕੋਈ ਰਹੇਗਾ ਹੀ ਨਹੀਂ। ਅੱਛਾ, ਲੇਕਿਨ ਇਸ ਤੋਂ ਬਾਵਜੂਦ ਉਹਨਾਂ ਦਾ ਜਿਹੜਾ ਫੋਰਮ ਹੈ ਦੋੜੇ ਦੀ ਜਿਹਦੇ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ ਪਾਪੂਲਰ ਹੋਏ ਨੇ, ਉਹ ਫੋਰਮ ਹੈ ਜੋ ਕਿ ਬਹੁਤ ਹੀ ਚੰਦ ਦੋੜੇ ਲਿਖਣ ਵਾਲਿਆਂ 'ਚ, ਬਹੁਤ ਹੀ ਮੇਜਰ ਲਿਖਣ ਵਾਲਿਆਂ 'ਚ ਉਹਨਾਂ ਦਾ ਨਾਂ ਆਉਂਦਾ, ਇਹ ਉਸ ਫੋਰਮ 'ਤੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ। ਹਾਂ ਬਿਲਕੁਲ, ਤੁਸੀਂ ਸਹੀ ਕਿਹਾ। ਹੁਣ ਮੈਂ ਇਹ ਦੱਸਦਿਆਂ ਕਿ ਹਾਸ਼ਿਮ ਸ਼ਾਹ ਦਾ ਜਿਹੜਾ ਨਾਂ ਹੈ ਉਹ ਮਸ਼ਹੂਰ ਹੈ ਦੋ ਸਿਨਫਾਂ ਦੇ ਵਿੱਚ, ਦੋ ਪੱਖਾਂ ਤੋਂ। ਇੱਕ ਤਾਂ ਜਿਹੜੀ ਉਹਨਾਂ ਨੇ ਸੱਸੀ ਪੁੰਨੂ ਲਿਖੀ, ਸੱਸੀ ਪੁੰਨੂ ਜਿਹੜੀ ਹੈ ਉਹ ਹਾਸ਼ਿਮ ਸ਼ਾਹ ਦੀ ਬੈਸਟ ਸਮਝੀ ਜਾਂਦੀ ਹੈ, ਔਰ ਦੂਜੇ ਦੋੜੇ ਦੀ ਫਾਰਮ। ਦੋੜੇ ਦੀ ਫਾਰਮ ਇਸ ਤੋਂ ਪਹਿਲੇ ਕਿਸੇ ਮੇਜਰ ਕਲਾਸੀਕਲ ਪੋਇਟਸ ਨੇ ਨਹੀਂ ਕੀਤੀ, ਬੁੱਲੇ ਸ਼ਾਹ ਨੇ ਵੀ ਨਹੀਂ ਕੀਤੀ, ਸ਼ਾਹ ਹੁਸੈਨ ਨੇ ਵੀ ਨਹੀਂ ਕੀਤੀ। ਉਹਨਾਂ ਨੇ ਕਾਫੀ ਦੀ ਫਾਰਮ ਨੂੰ ਅਡਾਪਟ ਕੀਤਾ, ਕਿਉਂਕਿ ਦੋੜਾ ਜਿਹੜਾ ਹੈ ਉਹ ਇੱਕ ਬਿਲਕੁਲ ਅਲੱਗ ਫਾਰਮ ਹੈ, ਉਹ 'ਚ ਕਾਫੀ ਹਰਦੀਪ ਖਾਸ ਤਰ੍ਹਾਂ ਨਾਲ ਆਉਂਦੇ ਨੇ, ਕਾਫੀ 'ਚ ਹੋਰ ਤਰ੍ਹਾਂ ਨਾਲ ਆਉਂਦੇ ਨੇ। ਸੋ ਜਿਹੜਾ ਦੋੜਾ ਹੈ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਪਾਪੂਲਰ ਹੋਇਆ ਔਰ ਆਪਣਾ ਲਹਿੰਦੇ ਪੰਜਾਬ 'ਚ ਔਰ ਜਟਕੇ ਪੰਜਾਬ 'ਚ ਦੋੜਾ ਮੇਨ ਫਾਰਮੇਟ ਹੈਗਾ ਹੈ ਗਾਉਣ ਦਾ ਔਰ ਲਿਖਣ ਦਾ, ਉਹ ਹਾਸ਼ਿਮ ਸ਼ਾਹ ਤੋਂ ਸ਼ੁਰੂ ਹੈ। ਔਰ ਦਿਲਚਸਪ ਗੱਲ ਇਹ ਹੈਗੀ ਹੈ ਕਿ ਲੋਕ ਇਹ ਸਮਝਦੇ ਨੇ ਕਿ ਦੋੜਾ ਜਿਹੜਾ ਹੈਗਾ ਉਹ ਜਿਹੜਾ ਹੈ ਉਹ ਜਟਕਾ ਪੰਜਾਬ ਔਰ ਜਿਹਨੂੰ ਅੱਜ ਕੱਲ੍ਹ ਲਹਿੰਦਾ ਪੰਜਾਬ ਜਾਂ ਜਿਹਨੂੰ ਸਰਾਇਕੀ ਪੰਜਾਬ ਕਹਿੰਦੇ ਨੇ ਉਹਦੇ ਵਿੱਚ ਤਖਲੀਕ ਹੋਇਆ, ਲੇਕਿਨ ਅਗਰ ਤੁਸੀਂ ਤਾਰੀਖੀ ਤੌਰ 'ਤੇ ਵੇਖੋ ਤਾਂ ਉਹ ਜਲੰਧਰ ਦੇ ਇੱਕ ਸ਼ਾਇਰ ਨੇ ਪਹਿਲਾ ਸ਼ਾਇਰ ਸੀ ਜਿਹਨੇ ਕਿ ਦੋੜਾ ਤਖਲੀਕ ਕੀਤਾ ਔਰ ਦੋੜੇ ਦੀ ਫਾਰਮੈਟ ਜਿਹੜਾ ਹੀ ਉਹਨੂੰ ਬਣਾਈ ਔਰ ਉਹਨੂੰ ਬਲਕਿ ਦੋੜਾ ਨਹੀਂ, ਤੁਹਾਨੂੰ ਪਤਾ ਹੈ ਕਿ ਇੱਕ ਦੋੜਾ ਵੀ ਹੁੰਦਾ ਹੈ, ਦੋਵਾਂ ਦੇ ਬਾਰੇ ਉਹਨਾਂ ਦਾ ਬੜਾ ਮਸ਼ਹੂਰ ਹੈ ਕਿ ਹਾਂਜੀ ਉਹਨਾਂ ਨੇ ਦੋੜੇ ਵੀ ਲਿਖੇ, ਠੀਕ ਹੈ। ਸੋ ਲਿਹਾਜ਼ਾ ਇਹ ਹੈ ਕਿ ਹਾਸ਼ਿਮ ਸ਼ਾਹ ਜਿਹੜਾ ਹੈ ਉਹ ਦੋੜੇ ਦੀ ਫਾਰਮੈਟ ਦਾ ਔਰ ਸੱਸੀ ਪੁੰਨੂ ਦੀ ਜਿਹੜੀ ਕਹਾਣੀ ਹੈ ਉਹਨਾਂ ਨੂੰ ਦਾ ਮੇਨ ਸ਼ਾਇਰ ਸਮਝਿਆ ਜਾਂਦਾ ਹੈ ਆਪਣਾ 18ਵੀਂ ਸਦੀ ਦਾ ਜਾਂ 17ਵੀਂ ਤੋਂ 18ਵੀਂ ਸਦੀ ਦਾ। ਅੱਛਾ, ਤੁਸੀਂ ਹੁਣ ਚੂੰਕਿ ਸੱਸੀ ਦੀ ਗੱਲ ਕੀਤੀ ਹੈ ਅਤੇ ਉਹਨਾਂ ਨੇ ਹੋਰ ਵੀ ਤਾਂ ਬੜਾ ਕੁਝ ਲਿਖਿਆ ਹੈ, ਮਤਲਬ ਸ਼ਿਰੀ ਫਰਹਾਦ ਵੀ ਲਿਖਿਆ, ਜੀ ਜੀ, ਸੋਹਣੀ ਮਹੀਵਾਲ ਵੀ ਲਿਖਿਆ, ਸੋਹਣੀ ਵੀ ਲਿਖਿਆ, ਅਤੇ ਇਹ ਇਹਨਾਂ ਨੇ ਮਤਲਬ ਆਪਣਾ ਕਿਉਂ ਨਹੀਂ ਕੁਝ ਤਖਲੀਕ ਕੀਤਾ? ਇਹ ਤਾਂ ਪਹਿਲਾਂ ਹੀ ਵੀ ਚੱਲ ਰਿਹਾ ਸੀ, ਕਿਸੇ ਪਹਿਲੇ ਵੀ ਹੈ ਸਨ, ਅਤੇ ਫਿਰ ਇਹਨਾਂ ਨੇ ਇਹਨਾਂ ਨੂੰ ਦੁਬਾਰਾ ਰੀਰਾਈਟ ਕਰਨ ਦਾ ਕਿਉਂ ਸ਼ੁਰੂ ਕੀਤਾ? ਨਹੀਂ, ਮੇਰਾ ਖਿਆਲ ਹੈ ਕਿ ਇਹਦੇ 'ਚ ਇਹ ਹੁੰਦਾ ਹੈ ਕਿ ਜਿਹੜੇ ਫੋਕ ਕਿੱਸੇ ਹੁੰਦੇ ਨੇ ਨਾ, ਇਹਨਾਂ ਸਾਰੇ ਸ਼ਾਇਰਾਂ ਨੇ ਜਿਹੜੇ ਫੋਕ ਤਮਾਮ ਕਿੱਸੇ ਆਲਰੇਡੀ ਪਾਪੂਲਰ ਸਨ ਉਹਨਾਂ ਨੂੰ ਲੈ ਕੇ ਅਤੇ ਆਪਣੇ ਆਪਣੇ ਤਹਿਰੀਰਾਂ ਲਿਖੀਆਂ, ਆਪਣੀ ਸ਼ਾਇਰੀ ਕੀਤੀ। ਮਤਲਬ ਇਹ ਹੈ ਕਿ ਜਿਹੜੀ ਵੱਡੀ ਸ਼ਾਇਰੀ ਹੁੰਦੀ ਹੈ ਜਾਂ ਜਿਹੜੀ ਐਪਿਕ ਸ਼ਾਇਰੀ ਹੁੰਦੀ ਹੈ ਉਹਦੇ ਵਿੱਚ ਕਹਾਣੀ ਹਮੇਸ਼ਾ ਨੂਨ ਹੁੰਦੀ ਹੈ। ਅੱਛਾ, ਮਤਲਬ ਵਾਰਸ਼ਾਹ ਤੋਂ ਪਹਿਲੇ ਵਾਰਸ਼ਾਹ ਨੇ ਹੀਰ ਰਾਂਝਾ ਦੀ ਕਹਾਣੀ ਲਿਖੀ, ਹੀਰ ਰਾਂਝੇ ਦੀ ਕਹਾਣੀ ਉਸ ਤੋਂ ਪਹਿਲੇ ਮਕਬੂਲ ਕਹਾਣੀ ਸੀ, ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਸ਼ਿਰੀ ਫਰਹਾਦ ਦੀ ਕਹਾਣੀ ਵੀ ਮਕਬੂਲ ਸੀ ਫਾਰਸੀ ਲਿਟਰੇਚਰ ਦੀ ਵਜ੍ਹਾ ਤੋਂ। ਸੱਸੀ ਕਹਾਣੀ, ਸੱਸੀ ਪੁੰਨੂ ਦੀ ਵੀ ਕਹਾਣੀ ਜਿਹੜੀ ਨੋਨ ਸੀ, ਸ਼੍ਰੀ ਆਪਣਾ ਸੋਹਣੀ ਮਹੀਵਾਲ ਦੀ ਵੀ ਮੌਜੂਦ ਸੀ।
ਸ਼ਾਇਰ ਇਹ ਕਰਦੇ ਨੇ ਕਿ ਉਹਨਾਂ ਕਹਾਣੀਆਂ ਨੂੰ ਲੈ ਕੇ ਅਤੇ ਫਿਰ ਉਹਨਾਂ ਦੇ ਹਿਸਾਬ ਨਾਲ ਆਪਣੀ ਜਿਹੜੇ ਖਿਆਲਾਤ ਨੇ ਉਹਨਾਂ ਕਹਾਣੀ ਦੇ ਥਰੂ ਜਿਹੜੇ ਨੇ ਐਕਸਪ੍ਰੈਸ ਕਰਦੇ ਨੇ। ਨਹੀਂ ਉਹ ਠੀਕ ਹੈ, ਲੇਕਿਨ ਇਹ ਵੀ ਕਹਾਣੀਆਂ ਆਖਿਰ ਕਿਸੇ ਨੇ ਲਿਖੀਆਂ, ਕਿਸੇ ਨੇ ਬਣਾਈਆਂ, ਅੱਗੇ ਅੱਗੇ ਸਾਹਮਣੇ ਲੈ ਕੇ ਆਏ ਨਾ, ਅਤੇ ਇਹ ਅਗਰ ਮਤਲਬ ਇਹਨਾਂ ਨੇ ਦੁਬਾਰਾ ਉਹਨੂੰ ਰੀਰਾਈਟ ਕਰਨ ਦੇ ਬਜਾਏ ਅਗਰ ਕੁਝ ਹੋਰ ਜਾਂ ਰੀਰਾਈਟ ਕਰਨ ਦੇ ਨਾਲ ਨਾਲ ਆਪਣੀ ਵੀ ਕੋਈ ਇੱਕ ਨਵੀਂ ਕਹਾਣੀ ਇਸ ਕਿਸਮ ਦੀ ਕੋਈ ਸਾਹਮਣੇ ਲੈ ਕੇ ਆਉਂਦੇ ਤਾਂ ਉਹ ਕਿਆ ਜ਼ਿਆਦਾ ਅਥੈਂਟਿਕ ਜਾਂ ਜ਼ਿਆਦਾ ਕ੍ਰੀਏਟਿਵ ਨਾ ਹੁੰਦਾ? ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਅਸੀਂ ਤੁਸੀਂ ਤਾਰੀਖ ਨੂੰ ਤਾਂ ਨਹੀਂ ਲਿਖ ਸਕਦੇ, ਤਾਰੀਖ ਤਾਂ ਜੋ ਹੈਗੀ ਹੈ ਸੋ ਹੈਗੀ ਹੈ। ਠੀਕ ਹੈ, ਸੋ ਸਾਨੂੰ ਇਹ ਪਤਾ ਹੈ ਕਿ 17ਵੀਂ 18ਵੀਂ ਸਦੀ ਤੱਕ ਜੋ ਮੋਸਟਲੀ ਸ਼ਾਇਰਾਂ ਨੇ ਕਿੱਸੇ ਲਿਖੇ ਉਹ ਕੀ ਕਿੱਸੇ ਸਨ, ਉਹ ਸਾਨੂੰ ਪਤਾ ਹੈ ਕਿ ਹੀਰ ਰਾਂਝਾ ਹੈ, ਸੱਸੀ ਪੁੰਨੂ ਹੈ, ਸ਼ੀਰੀ ਫਰਹਾਦ ਹੈ, ਵਗੈਰਾ ਵਗੈਰਾ। ਠੀਕ, ਸੋ ਮਤਲਬ ਸਾਰੇ ਸ਼ਾਇਰ ਉਹੀ ਲਿਖਦੇ ਸਨ ਔਰ ਉਹਨਾਂ ਦੀ ਸ਼ਾਇਰੀ ਇੱਕ ਦੂਜੇ ਤੋਂ ਮੁਖਤਲਿਫ ਸੀ, ਇੱਕ ਦੂਜੇ ਤੋਂ ਬੜੀ ਵੱਖ ਸੀ। ਪਰ ਇੱਕ ਗੱਲ ਹੈਗੀ ਹੈ ਕਿ ਜਿਹੜੀ ਅਸੀਂ ਦੇਖਦੇ ਹਾਂ ਹਾਸ਼ਿਮ ਸ਼ਾਹ ਦੀ ਸੱਸੀ ਪੁੰਨੂ ਦੇ ਵਿੱਚ ਹੈ, ਵੈਸੇ ਉਹਦੇ 'ਚ ਬੜੀ ਬੜੀ ਲਾਈਨ ਹੈ, ਐਵੇਂ ਨਹੀਂ ਮਸ਼ਹੂਰ ਹੋਈ ਕਿ ਜਦੋਂ ਸੱਸੀ ਹਾੜਾ ਪਾ ਰਹੀ ਹੈ ਥਲ ਦੇ ਵਿੱਚ, ਜਦੋਂ ਉਹ ਜਾ ਰਹੀ ਹੈ ਪੁੰਨੂ ਨੂੰ ਲੱਭਣ, ਅਤੇ ਬੜਾ ਕੈਸਾ ਮਿਸਰਾ ਹੈ, ਉਹਨੇ ਕਿਹਾ ਸ਼ਾਲਾ ਹੋਤ ਬਲੋਚ ਮਰਨ ਕਈ ਲੂਣ ਤਰ੍ਹਾਂ ਖੁਰ ਖੁਰ ਕੇ, ਜਿਵੇਂ ਨਮਕ ਨਹੀਂ ਖੁਰਦਾ ਇੱਕ ਕਤਰਾ ਕਰਕੇ ਇੰਜ ਮਰਨ, ਇਹ ਬਦਦੁਆ ਜਿਹੜੀ ਹੈ ਨਾ ਇਹ ਬੜੀ ਅੱਛਾ। ਖੈਰ ਮੈਂ ਗੱਲ ਇਹ ਕਰ ਰਿਹਾ ਸਾਂ ਕਿ ਜਿਹੜਾ ਆਪਣਾ ਹਾਸ਼ਿਮ ਸ਼ਾਹ ਹੈ ਉਹ ਜਿਸ ਕਿੱਸੇ ਵੱਲ ਆਪਣੀ ਸੱਸੀ ਪੁੰਨੂ ਵਿੱਚ ਬਾਰ ਬਾਰ ਜਾਂਦਾ ਹੈ ਉਹ ਜਾਂਦਾ ਯੂਸਫ ਜ਼ੁਲੈਖਾ ਵੱਲ। ਅੱਛਾ, ਹਾਂ, ਉਹ ਹੀਰ ਰਾਂਝੇ ਵੱਲ ਨਹੀਂ ਜਾਂਦਾ, ਉਹ ਸੋਹਣੀ ਮਹੀਵਾਲ ਵੱਲ ਵੀ ਨਹੀਂ ਜਾਂਦਾ। ਠੀਕ ਹੈ, ਉਹ ਯੂਸਫ ਜ਼ੁਲੈਖਾ ਵੱਲ ਜਾਂਦਾ ਹੈ ਔਰ ਯੂਸਫ ਜ਼ੁਲੈਖਾ ਵਿੱਚ ਜਾਣ ਦਾ ਕੀ ਮਤਲਬ ਹੈਗਾ? ਯੂਸਫ ਜ਼ੁਲੈਖਾ ਵਿੱਚ ਜਾਣ ਦਾ ਮਤਲਬ ਹੈ ਕਿ ਆਸ਼ਿਕ ਔਰਤ ਹੈ, ਮਰਦ ਮਾਸ਼ੂਕ ਹੈ। ਯੂਸਫ ਜ਼ੁਲੈਖਾ ਵਿੱਚ ਵੀ ਇਹ ਹੈ ਕਿ ਜ਼ੁਲੈਖਾ ਜਿਹੜੀ ਹੈ ਉਹ ਹਜ਼ਰਤ ਯੂਸਫ ਅਲੈਹਿਸ ਸਲਾਮ ਦੀ ਆਸ਼ਿਕ ਹੈ। ਠੀਕ ਹੈ, ਔਰ ਹਜ਼ਰਤ ਯੂਸਫ ਅਲੈਹਿਸ ਸਲਾਮ ਜਿਹੜੇ ਨੇ ਉਹ ਉਹਨੂੰ ਰਿਸਪੋਂਡ ਕਰਦੇ ਨੇ, ਨਹੀਂ ਵੀ ਕਰਦੇ, ਇਹ ਕਹਾਣੀ ਹੈ। ਇਹਦੇ ਵਿੱਚ ਵੀ ਹੈਗਾ ਕਿ ਜਿਹੜੀ ਔਰਤ ਹੈ ਸੱਸੀ ਜਿਹੜੀ ਹੈ ਉਹ ਇੱਕ ਆਸ਼ਿਕ ਹੈ, ਉਹ ਮਾਸ਼ੂਕ ਨਹੀਂ ਹੈਗੀ, ਜਿਵੇਂ ਹੀਰ ਜਿਹੜੀ ਉਹ ਮਾਸ਼ੂਕ ਹੈ, ਜਿਵੇਂ ਆਪਣਾ ਸ਼ੀਰੀ ਜਿਹੜੀ ਉਹ ਮਾਸ਼ੂਕ ਹੈ। ਠੀਕ ਹੈ, ਜਿਵੇਂ ਆਪਣਾ ਸੋਹਣੀ ਮਾਸ਼ੂਕ ਹੈ। ਇਹਦੇ ਵਿੱਚ ਸੱਸੀ ਦੇ ਕਿੱਸੇ ਵਿੱਚ ਸੱਸੀ ਜਿਹੜੀ ਉਹ ਮਾਸ਼ੂਕ ਨਹੀਂ ਹੈਗੀ, ਉਹ ਆਸ਼ਿਕ ਹੈ। ਅੱਛਾ ਅੱਛਾ ਅੱਛਾ, ਜਿਹੜਾ ਮਾਸ਼ੂਕ ਹੈ ਉਹ ਪੁੰਨੂ ਹੈ, ਬਲੋਚ ਜਿਹੜਾ ਹੈ ਉਹ ਮਾਸ਼ੂਕ ਹੈ। ਇਸ ਵਾਸਤੇ ਇਹ ਇੱਕ ਦੂਸਰੀ ਕਹਾਣੀ ਹੈ, ਇਹ ਇੱਕ ਜ਼ਨਾਨੀ ਦੇ ਪੱਖ ਨਾਲ ਜਿਹੜੀ ਇਸ਼ਕ ਦੀ ਕਹਾਣੀ ਹੈ ਕਿ ਉਹ ਕਿਵੇਂ ਇੱਕ ਐਕਟਿਵ ਹੈ ਔਰ ਜਿਹੜਾ ਮਾਸ਼ੂਕ ਹੈ, ਜੇ ਉਹਨਾਂ ਕਿਸੇ ਕਰ ਅਸੀਂ ਉਹਨੂੰ ਬਹੁਤ ਹੀ ਕਰੂਡ ਮਹਿਨਤ ਲਈਏ ਕਿ ਉਹ ਪੈਸਿਵ ਹੈ, ਉਹ ਹੀ ਇਜ਼ ਸੌਟ ਆਫਟਰ, ਅਤੇ ਉਹ ਪੁੰਨੂ ਹੈ। ਠੀਕ, ਇਸ ਵਾਸਤੇ ਇੱਕ ਤਾਂ ਸੱਸੀ ਦੇ ਕਿੱਸੇ ਦੇ ਵਿੱਚ ਇਹ ਪਰਤਾ ਹੈ, ਦੂਜੇ ਹੈ ਕਿ ਪੰਜਾਬੀ ਕਲਾਸਿਕ ਦੇ ਵਿੱਚ ਸੱਸੀ ਪੁੰਨੂ ਦਾ ਜਿਹੜਾ ਸਿੰਬਲਿਜ਼ਮ ਹੈ ਉਹ ਬਹੁਤ ਜ਼ਿਆਦਾ ਨਹੀਂ ਆਇਆ। ਮੈਂ ਇਸ ਪਾਸੇ ਆਉਣ ਲੱਗਾ। ਅੱਛਾ, ਹਾਂ, ਠੀਕ ਹੈ। ਮਿਸਾਲ ਦੇ ਤੌਰ 'ਤੇ ਸ਼ਾਹ ਹੁਸੈਨ ਸੱਸੀ ਪੁੰਨੂ ਵੱਲ ਕੋਈ ਤਾਂ ਕੋਈ ਰੈਫਰੈਂਸ ਤੁਹਾਨੂੰ ਨਹੀਂ ਮਿਲਦਾ। ਬੁੱਲੇ ਸ਼ਾਹ 'ਚ ਵੀ ਬਹੁਤ ਹੀ ਮੇਰਾ ਨਹੀਂ ਖਿਆਲ ਕਿ ਕਹੀਂ ਕਿਤੇ ਹੈਗਾ ਹੈ, ਔਰ ਇਸ ਤਰ੍ਹਾਂ ਹੀ ਵਾਰਿਸ ਸ਼ਾਹ 'ਚ ਵੀ ਨਹੀਂ ਹੈਗਾ, ਲੇਕਿਨ ਆਪਣਾ ਹਾਸ਼ਿਮ ਸ਼ਾਹ 'ਚ ਹੈਗਾ ਹੈ। ਹਾਲਾਂਕਿ ਹਾਸ਼ਿਮ ਸ਼ਾਹ ਵੀ ਸੈਂਟਰਲ ਪੰਜਾਬ ਦਾ ਪੋਇਟ ਹੈ, ਲੇਕਿਨ ਉਹ ਸੱਸੀ ਪੁੰਨੂ ਦੇ ਸਿੰਬਲ ਨੂੰ ਲੈਂਦਾ ਹੈ ਔਰ ਇਹ ਉਹਦਾ ਆਪਣਾ ਕੀ ਕਹਿਣਾ ਚਾਹੀਦਾ ਵਾਧਾ ਹੈਗਾ।
ਕਿਉਂਕਿ ਸੱਸੀ ਦਾ ਸਿੰਬਲ ਜਿਹੜਾ ਹੈਗਾ ਉਹ ਇੱਕ ਬਿਲਕੁਲ ਮੁਖਤਲਿਫ ਹੈ, ਕਿਉਂਕਿ ਸੱਸੀ ਜਿਹੜੀ ਹੈ ਉਹਦਾ ਤਲਕ ਇਸ ਗੱਲ ਨਾਲ ਹੈ। ਇੱਕ ਤਾਂ ਸੱਸੀ ਦੇ ਇੱਕ ਕਹਾਣੀ ਦੇ ਵਿੱਚ ਤੁਸੀਂ ਵੇਖੋ ਕਿ ਉਹ ਯੂਜੁਅਲ ਐਲੀਮੈਂਟਸ ਨੇ ਕਿ ਸੱਸੀ ਇੱਕ ਬਾਦਸ਼ਾਹ ਦੀ ਧੀ ਹੈ, ਉਹਨੂੰ ਰੋੜ ਦਿੱਤਾ ਗਿਆ ਦਰਿਆ ਦੇ ਵਿੱਚ ਔਰ ਇੱਕ ਧੋਬੀ ਨੇ ਉਹਨੂੰ ਰਿਕਵਰ ਕੀਤਾ ਔਰ ਧੋਬੀ ਨੇ ਉਹਨੂੰ ਪਾਲਿਆ ਔਰ ਲੇਕਿਨ ਧੋਬੀ ਜਿਹੜਾ ਹੈ ਉਹ ਉਹਨੇ ਬੜੇ ਉਹਨੂੰ ਚਾਵਾਂ ਨਾਲ ਪਾਲਿਆ, ਲੇਕਿਨ ਬਾਦਸ਼ਾਹ ਨੇ ਵੀ ਇਸ ਵਾਸਤੇ ਉਹਨੂੰ ਰੋੜ ਦਿੱਤਾ ਸੀ ਕਿ ਮਜੂਮੀਆਂ ਕਿਹਾ ਸੀ ਕਿ ਜਿਹੜੀ ਸੱਸੀ ਹੈ ਇਹ ਆਸ਼ਕ ਹੋਵੇਗੀ, ਇਸ਼ਕ ਦੇ ਵਿੱਚ ਬੜਾ ਮਰਤਬਾ ਹਾਸਲ ਕਰੇਗੀ, ਅਤੇ ਬਾਦਸ਼ਾਹ ਨੂੰ ਇਹ ਕਬੂਲ ਨਹੀਂ ਸੀ ਹੈਗਾ। ਅਤੇ ਇਸੇ ਵਾਸਤੇ ਜਦੋਂ ਸੱਸੀ ਪੁੰਨੂ 'ਤੇ ਆਸ਼ਕ ਹੁੰਦੀ ਹੈ ਔਰ ਜਦੋਂ ਪੁੰਨੂ ਦੀ ਭਾਲ ਵਿੱਚ ਨਿਕਲਦੀ ਹੈ, ਪੁੰਨੂ ਨੂੰ ਜਿਹੜੇ ਨੇ ਬਲੋਚ, ਪੁੰਨੂ ਸ਼ਹਿਜ਼ਾਦਾ ਹੈ ਠੀਕ ਹੈ, ਬਲੋਚ ਔਰ ਉਹ ਵੀ ਆਸ਼ਕ ਹੈ ਸੱਸੀ ਦੇ ਉੱਤੇ, ਅਤੇ ਜਿਹੜੇ ਬਲੋਚੀ ਨੇ ਜਿਹੜੇ ਉਹਦੇ ਨਾਲ ਆਪਣਾ ਤਾਜਰ ਆਏ ਸਨ ਉਹ ਜਾ ਕੇ ਦੱਸਦੇ ਨੇ ਉਹਦੇ ਪਿਓ ਨੂੰ ਬਾਦਸ਼ਾਹ ਨੂੰ ਕਿ ਉਹ ਤਾਂ ਉੱਥੇ ਰਹਿ ਗਿਆ, ਉਹ ਤਾਂ ਉਹ ਨਹੀਂ ਹਿਲਦਾ ਉੱਥੋਂ, ਅਤੇ ਉਹ ਫਿਰ ਉਹਨਾਂ ਨੂੰ ਉਹਦੇ ਭਰਾਵਾਂ ਨੂੰ ਭੇਜਦਾ ਹੈ, ਅਤੇ ਉਹਦੇ ਭਰਾ ਜਿਹੜੇ ਨੇ ਸੱਸੀ ਨੂੰ ਆਪਣਾ ਪੁੰਨੂ ਨੂੰ ਬੇਹੋਸ਼ ਕਰਕੇ ਉਹਨੂੰ ਨਸ਼ਾ ਪਿਲਾ ਕੇ ਅਤੇ ਉਹਨੂੰ ਬੇਹੋਸ਼ੀ ਦੇ ਵਿੱਚ ਲੈ ਕੇ ਜਾਂਦੇ ਨੇ ਠੀਕ। ਹੁਣ ਸੱਸੀ ਜਿਹੜੀ ਹੈ ਉਹ ਇੱਕ ਥਲ ਦੇ ਵਿੱਚ, ਮਾਂ ਕਹਿੰਦੀ ਹੈ ਨਾ ਜਾ ਥਲ ਵਿੱਚ ਤਾਂ ਕੋਈ ਨਹੀਂ ਬਚ ਸਕਦਾ ਠੀਕ ਹੈ, ਉੱਥੇ ਪਾਣੀ ਨਹੀਂ ਹੈਗਾ, ਉੱਥੇ ਕਿਸੇ ਦਾ ਕੋਈ ਖੁਰਾ ਨਹੀਂ ਹੈਗਾ, ਉੱਥੇ ਕੋਈ ਡਾਇਰੈਕਸ਼ਨ ਨਹੀਂ ਹੈਗੀ। ਸੋ ਸੱਸੀ ਦਾ ਸਿੰਬਲ ਇੱਕ ਲਾ ਇੰਤਹਾ ਸਪੈਨ ਦੇ ਵਿੱਚ, ਜਿਵੇਂ ਥਲ ਹੈ, ਜਿਵੇਂ ਸਮੁੰਦਰ ਹੈ, ਉਹਦੇ ਵਿੱਚ ਗੁਆਚਣ ਦਾ ਨਾਂ ਹੈ। ਪੰਜਾਬ ਵਿੱਚ ਬਹਿ ਕੇ ਥਲ ਦੇ ਬਾਰੇ ਲਿਖਣਾ ਇਹ ਥੋੜ੍ਹਾ ਆਡ ਨਹੀਂ ਹੈ, ਕਿਉਂਕਿ ਹੀਰ ਜਦੋਂ ਲਿਖੀ ਗਈ ਤਾਂ ਸਾਡੀ ਇਹ ਗੱਲ ਹੋਈ ਸੀ ਕਿ ਉਹ ਜਿਹੜੇ ਉਸ ਟਾਈਮ ਜਿਹੜੇ ਮਾਸ਼ਰਤੀ ਔਰ ਮਾਸ਼ੀ ਜਿਹੜੇ ਹਾਲਾਤ ਚੱਲ ਰਹੇ ਨੇ ਉਹਨੂੰ ਵੀ ਡਿਸਕਸ ਕੀਤਾ ਗਿਆ ਨਾ ਉਹਦੇ 'ਚ ਕਿ ਕਿਸ ਤਰ੍ਹਾਂ ਔਰਤ ਨੂੰ ਬੰਦ ਕੀਤਾ ਗਿਆ ਔਰ ਕਿਸ ਤਰ੍ਹਾਂ ਆਸ਼ਿਕ ਜਿਹੜਾ ਹੈ ਉਹਦੇ ਕੋਲੋਂ ਮਤਲਬ ਇੱਕ ਕਲਾਸ ਦਾ ਵੀ ਡਿਫਰੈਂਸ ਨਜ਼ਰ ਆ ਰਿਹਾ ਹੈ ਇਹਦੇ 'ਚ, ਕਲਾਸ 'ਚ ਨਜ਼ਰ ਆ ਰਹੀ ਹੈ, ਇਹਦੇ 'ਚ ਹੋਰ ਵੀ ਬੜੇ ਫੈਕਟਰਸ ਨਜ਼ਰ ਆ ਰਹੇ ਨੇ, ਲੇਕਿਨ ਇੱਕ ਐਸੀ ਜਗ੍ਹਾ 'ਤੇ ਬਹਿ ਕੇ ਇੱਕ ਦੂਜੀ ਜਗ੍ਹਾ ਦੇ ਬਾਰੇ ਲਿਖਣਾ ਔਰ ਫਿਰ ਮਸ਼ੂਕ ਨੂੰ ਆਸ਼ਿਕ ਔਰ ਆਸ਼ਿਕ ਨੂੰ ਮਸ਼ੂਕ ਬਣਾ ਦੇਣਾ ਇਹ, ਹਾਂ ਉਹਦੇ 'ਚ ਤੁਸੀਂ ਬੜਾ ਦਿਲਚਸਪ ਸਵਾਲ ਕੀਤਾ ਹੈ, ਪਰ ਗੱਲ ਇਹ ਹੈਗੀ ਹੈ ਕਿ ਇਹ ਜਿਹੜੇ ਸ਼ਾਇਰ ਨੇ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਪੈਰਾਡਾਈਮ ਦੇ ਅੰਦਰ ਕਰ ਰਹੇ ਨੇ ਕੰਮ, ਹੈ ਜਿਹੜੀ ਪੈਰਾਡਾਈਮ ਕ੍ਰੀਏਟ ਕੀਤੀ ਆ ਵਾਰਿਸ ਸ਼ਾਹ ਔਰ ਬੁੱਢੇ ਸ਼ਾਹ ਨੇ ਜੀ ਜੀ, ਉਹ ਪੂਰੀ ਕਈ ਗੱਲਾਂ ਕਈ ਕਈ ਪੂਰੀ ਇੱਕ ਵਲਗਨ ਦੇ ਉੱਤੇ ਗੱਲ ਕਰ ਰਹੇ ਨੇ ਠੀਕ ਹੈ। ਇਹ ਜਿਹੜੇ ਉਹਦੇ ਅੰਦਰ ਸ਼ਾਇਰ ਨੇ ਵਲਗਨ ਦੇ ਜਿਵੇਂ ਹਾਸ਼ਿਮ ਸ਼ਾਹ ਹੈ ਉਹ ਸਪੈਸੀਫਿਕ ਗੱਲ ਕਰ ਰਹੇ ਨੇ, ਉਹ ਇਸ਼ਕ ਦੀ ਜਿਹੜੀ ਜਜ਼ਬਾਤੀ ਹਾਲਤ ਹੈ ਔਰ ਉਹਦੀ ਲਾ ਮੁਨਤਹਾਨੀਅਤ ਹੈ, ਉਹਦਾ ਇਨਫਿਨਿਟ ਹੋਣਾ ਜਿਹੜਾ ਹੈ ਉਹਦੇ ਉੱਤੇ ਗੱਲ ਕਰ ਰਹੇ ਨੇ। ਸੋ ਜਿਹੜਾ ਥਰ ਜਿਹੜਾ ਹੈ ਜੇ ਥਰ ਹੈ ਉਹ ਇਨਫਿਨਿਟ ਇਨਫਿਨਿਟ ਹੋ ਗਿਆ ਠੀਕ ਹੈ ਠੀਕ ਹੈ। ਇਸੇ ਵਾਸਤੇ ਤੁਸੀਂ ਅਗਰ ਤੁਸੀਂ ਵਾਰਿਸ ਸ਼ਾਹ ਨੂੰ ਦੇਖੋ ਤਾਂ ਵਾਰਿਸ ਸ਼ਾਹ ਦੇ ਵਿੱਚ ਜਿਹੜੀ ਹੀਰ ਦਾ ਜਿਹੜਾ ਔਰ ਹੀਰ ਕਿਉਂ ਜਿਹੜੀ ਯੂਨੀਵਰਸਲ ਸਿੰਬਲ ਰਹਿੰਦੀ ਹੈ ਕਿ ਉਹਦੇ ਵਿੱਚ ਪੂਰਾ ਇੱਕ ਮਾਸਟਰੀ ਦੀ ਟਕਰਾਅ ਹੈ ਜੀ ਹਾਂ, ਉਹਦੇ ਵਿੱਚ ਕਬੀਲੇ ਦਾ ਵੀ ਮਸਲਾ ਹੈ, ਉਹ 'ਚ ਜ਼ਾਤ ਦਾ ਵੀ ਮਸਲਾ ਹੈ, ਉਹਦੇ ਵਿੱਚ ਕਲਾਸ ਦਾ ਵੀ ਮਸਲਾ ਹੈ, ਉਹ ਨੌਕਰ ਹੈ ਉਹ ਆਪਣਾ ਜਿਹੜਾ ਹੈਗਾ ਉਹ ਮਲਕ ਦੀ ਧੀ ਹੈ ਮਾਲਕ ਦੀ ਧੀ ਹੈ, ਉਹਦੇ 'ਚ ਪੂਰੇ ਸਮਾਜ ਦੇ ਜਿੰਨੇ ਵੀ ਮੁਮਕਿਨ ਹੋ ਸਕਦੇ ਨੇ ਕਨਫਲਿਕਟਸ ਨੇ ਉਹ ਮੌਜੂਦ ਨੇ, ਲੇਕਿਨ ਸੱਸੀ ਦੇ ਵਿੱਚ ਉਹ ਕਾਨਫਲਿਕਟਸ ਨਹੀਂ ਹੈਗੇ। ਸੱਸੀ ਦੇ ਵਿੱਚ ਸਿਰਫ ਇੱਕ ਲਾ ਮੁਨਤਹਾ ਜਿਹੜਾ ਇਸ਼ਕ ਹੈ ਉਹਨੂੰ ਐਕਸਪਲੋਰ ਕਰਨ ਦੀ ਇੱਕ ਤਮੰਨਾ ਜਿਹੜੀ ਹੈ ਉਹਦਾ ਇਜ਼ਹਾਰ ਹੈ, ਇਹਦਾ ਜਿਹੜਾ ਐਂਡ ਹੈ ਉਹ ਡਿਜ਼ਾਸਟਰ ਹੀ ਹੋਏਗਾ, ਮਤਲਬ ਜੋ ਵੀ ਹੈ ਉਹਦਾ ਐਂਡ ਕੀ ਹੋਏਗਾ ਡਿਜ਼ਾਸਟਰ, ਤੇ ਖੈਰ ਮਤਲਬ ਉਹ ਤੇ ਹੀਰਾਂ ਦਾ ਵੀ ਐਂਡ ਡਿਜ਼ਾਸਟਰ ਹੀ ਹੁੰਦਾ ਹੈ,
ਉਹ ਕਿਹੜੇ ਕੋਈ ਬਸ ਜਾਂਦੇ ਨੇ। ਅੱਛਾ, ਜਦੋਂ ਹੀਰ ਦੀ ਗੱਲ ਹੋ ਰਹੀ ਹੈ ਤੇ ਉਹ ਇਹਨਾਂ ਨੇ ਹਾਸ਼ਮ ਸ਼ਾਹ ਨੇ ਸੱਸੀ ਤੋਂ ਇਲਾਵਾ ਫਿਰ ਸੋਨੀ ਤੇ ਵੀ ਲਿਖਿਆ। ਹਾਂਜੀ, ਤੇ ਫਿਰ ਉਹਨਾਂ ਦੀ ਜਿਹੜੀ ਸੋਨੀ ਹੈ ਔਰ ਜੋ ਵਾਰਿਸ਼ਾ ਦੀ ਹੀਰ ਹੈ ਉਹ ਤਕਰੀਬਨ ਇੱਕੋ ਜਿਹਾ ਹੀ ਉਹਨਾਂ ਦਾ ਉਹ ਹੈ ਨਾ ਕਿ ਉਹ ਵੀ ਉਹਨੂੰ ਵੀ ਮਾਰਤਾ ਗਿਆ ਵੀ ਮਰ ਗਈ, ਉਹਦਾ ਵੀ ਵਿਆਹ ਕਰਾਤਾ ਗਿਆ, ਇਹਦਾ ਵੀ ਵਿਆਹ ਕਰਾਤਾ ਗਿਆ ਸੀ, ਉਹਦੀ ਵੀ ਜੈਲਸੀ ਸੀ, ਇਹਦੀ ਵੀ ਜੈਲਸੀ ਸੀ। ਇਹ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਘੜੇ ਨੂੰ? ਔਰ ਜੋ ਗੱਲ ਇਹ ਹੈਗੀ ਹੈ ਕਿ ਇਹਦੇ 'ਚ ਸੋਹਣੀ 'ਚ ਹੁਣ ਤੁਸੀਂ ਸੋਹਣੀ ਤੁਸੀਂ ਇੱਕ ਦੂਜੇ ਪਾਸੇ ਚੱਲ ਪਏ ਹੋ। ਮਸਲਾ ਇਹ ਹੈਗਾ ਕਿ ਸੋਹਣੀ ਵਿੱਚ ਔਰ ਹੀਰ ਵਿੱਚ ਇੱਕ ਫਰਕ ਹੈ। ਹੀਰ ਜਿਹੜੀ ਹੈ ਉਹ ਸੁਸਾਇਟੀ ਨੂੰ ਚੈਲੰਜ ਕਰਦੀ ਹੈ ਓਪਨਲੀ, ਠੀਕ ਹੈ ਕਿ ਮੈਂ ਇਹਦੇ ਨਾਲ ਵਿਆਹ ਕਰਨਾ, ਮੈਂ ਇਹਦੇ ਨਾਲ ਵਿਆਹ ਕਰਨਾ, ਗੱਲ ਕਰਨਾ, ਠੀਕ ਹੈ। ਮਾਂ ਪਿਓ ਨੂੰ ਕਹਿੰਦੀ ਹੈ, ਪੂਰੇ ਝੰਗ ਸਿਆਲ ਨੂੰ ਕਹਿੰਦੀ ਹੈ, ਮੈਂ ਇਹਦੇ ਨਾਲ ਵਿਆਹ ਕਰਨਾ, ਤੁਸੀਂ ਜੋ ਮਰਜ਼ੀ ਕਰ ਲਓ। ਉਹ ਉਹਨੂੰ ਇੱਕ ਸੋਸ਼ਲ ਕਨਫਲਿਕਟ ਦੇ ਤੌਰ ਦੇ ਉੱਤੇ ਟੈਕਲ ਕਰਦੀ ਹੈ। ਜਿਹੜਾ ਸੋਹਣੀ ਦਾ ਇਸ਼ਕ ਹੈ ਉਹ ਚੋਰੀ ਦਾ ਇਸ਼ਕ ਹੈ। ਅੱਛਾ, ਕਿਉਂਕਿ ਵਿਆਹ ਤੋਂ ਬਾਅਦ ਉਹ ਜਾਂਦੀ ਹੈ ਚੋਰੀ ਜਾਂਦੀ ਛੁਪ ਕੇ, ਠੀਕ ਹੈ। ਸੋ ਕੱਚਾ ਘੜਾ ਜਿਹੜਾ ਹੈਗਾ ਉਹ ਅਸਲ ਦੇ ਵਿੱਚ ਉਹਦਾ ਕੱਚਾ ਇਸ਼ਕ ਹੈ। ਕੱਚਾ ਘੜਾ ਇਸ ਗੱਲ ਦੀ ਸਿੰਬਲ ਹੈ ਕਿ ਉਹਦਾ ਇਸ਼ਕ ਕੱਚਾ ਹੈ, ਉਹ ਉਹਨੂੰ ਸੁਸਾਇਟੀ ਵਿੱਚ ਓਨ ਨਹੀਂ ਕਰਦੀ, ਉਹ ਸਿਰਫ ਇੱਕ ਬੰਦੇ ਨਾਲ ਤਲਕ ਰੱਖ ਰਹੀ ਹੈ। ਜਿਹੜੀ ਹੀਰ ਹੈ ਉਹ ਇੱਕ ਸਿਰਫ ਇੱਕ ਬੰਦੇ ਨਾਲ ਤਲਕ ਨਹੀਂ ਰੱਖ ਰਹੀ, ਉਹ ਪੂਰੇ ਇੱਕ ਨਵੇਂ ਸਮਾਜ ਦੀ ਗੱਲ ਕਰ ਰਹੀ ਹੈ। ਸੋ ਇਹ ਫਰਕ ਹੈਗਾ ਦੋਵਾਂ ਦੇ ਵਿੱਚ। ਇੱਕ ਬੜਾ ਪਰਸਨਲਾਈਜ਼ਡ ਹੈ ਔਰ ਇੱਕ ਬਹੁਤ ਹੀ ਗਲੋਬਲਾਈਜ਼ਡ ਕਿਸਮ ਦਾ, ਇੱਕ ਗਲੋਬਲਾਈਜ਼ਡ ਹੈ, ਇੱਕ ਯੂਨੀਵਰਸਲ ਹੈ। ਨਹੀਂ, ਮੈਂ ਇਹਦੀ ਗੱਲ ਇਸ ਲਈ ਕਰ ਰਿਹਾ ਸਾਂ ਕਿਉਂਕਿ ਲਿਖੀ ਤੇ ਹਾਸ਼ਿਮ ਸ਼ਾਹ ਨੇ ਹੈ ਨਾ, ਦੋਨਾਂ ਨੂੰ ਦੁਬਾਰਾ ਰੀਡਿਫਾਈਨ ਕੀਤਾ, ਦੋਨਾਂ ਨੇ ਦੁਬਾਰਾ ਰੀਰਾਈਟ ਕੀਤਾ, ਤੋ ਇਸ ਲਈ ਮਤਲਬ ਦੋਨੋਂ ਹੀ ਫਿਰ ਨਹੀਂ, ਮਤਲਬ ਸੋਹਣੀ ਮਹੀਵਾਲ ਦਾ ਕਿੱਸਾ ਹੋਵੇ ਜਾਂ ਸੱਸੀ ਪੁੰਨੂ ਦਾ ਕਿੱਸਾ ਹੋਵੇ, ਉਹ ਜਿਨ੍ਹਾਂ ਨੇ ਵੀ ਲਿਖਿਆ ਹੈ, ਮਤਲਬ ਹਾਸ਼ਿਮ ਸ਼ਾਹ ਤੋਂ ਬਾਅਦ ਵੀ ਜਿਨ੍ਹਾਂ ਲੋਕਾਂ ਨੇ ਲਿਖਿਆ ਹੈ, ਉਹਦੇ ਪੈਰਾਮੀਟਰਸ ਤਕਰੀਬਨ ਉਹ ਹੀ ਨੇ ਜਿਹੜੇ ਹਾਸ਼ਿਮ ਸ਼ਾਹ ਦੇ ਸਨ। ਸੋਹਣੀ ਦੇ ਵੀ ਉਹ ਪੈਰਾਮੀਟਰ ਨੇ ਜਿਹੜੇ ਹਾਸ਼ਿਮ ਸ਼ਾਹ ਨੇ ਲਿਖੇ। ਹੀਰ ਦੇ ਜਿਹੜੇ ਪੈਰਾਮੀਟਰਸ ਨੇ ਉਹ ਵੇਰੀ ਕਰਦੇ ਨੇ ਕਿ ਕੌਣ ਲਿਖ ਰਿਹਾ ਹੈ, ਅਤੇ ਉਹ ਇੱਕ ਅਲੱਗ ਬਹਿਸ ਹੈਗੀ ਹੈ ਕਿ ਜੇ ਹੀਰ ਹਾਫਿਜ਼ ਮੁਕਬਲ ਲਿਖ ਰਿਹਾ ਹੈ, ਠੀਕ ਹੈ, ਉਹ ਬਿਲਕੁਲ ਹੀ ਕੰਜ਼ਰਵੇਟਿਵ ਵਿਊ ਪੁਆਇੰਟ ਨਾਲ ਲਿਖ ਰਿਹਾ ਹੈ, ਅਗਰ ਵਾਰਿਸ ਸ਼ਾਹ ਲਿਖ ਰਿਹਾ ਤਾਂ ਉਹ ਬਿਲਕੁਲ ਇੱਕ ਨਵੇਂ ਢੰਗ ਨਾਲ ਲਿਖ ਰਿਹਾ ਹੈ। ਪਰ ਇਹ ਹੈ ਕਿ ਲੇਕਿਨ ਇਹ ਹੈ ਕਿ ਹਾਸ਼ਿਮ ਸ਼ਾਹ ਆਪਣੇ ਤੌਰ 'ਤੇ ਬਹੁਤ ਵੱਡਾ ਸ਼ਾਇਰ ਸੀ ਔਰ ਦੋੜੇ ਦੀ ਫਾਰਮ ਦੇ ਵਿੱਚ ਉਹਨੇ ਬਹੁਤ ਕਮਾਲ ਦੇ ਦੋੜੇ ਲਿਖੇ ਨੇ ਔਰ ਮੇਰਾ ਆਪਣਾ ਇਹ ਖਿਆਲ ਹੈ ਕਿ ਉਹ ਦੋੜੇ ਜਿਹੜੇ ਨੇ ਉਹ ਜ਼ਰੂਰ ਪੜ੍ਹੇ ਜਾਣੇ ਚਾਹੀਦੇ ਨੇ। ਮਿਸਾਲ ਤੌਰ 'ਤੇ ਇੱਕ ਦੋੜਾ ਉਹਨਾਂ ਦਾ ਹੈਗਾ ਜਿਹਦੇ ਐਂਡ 'ਤੇ ਉਹ ਆਉਂਦਾ ਹੈ, ਹਾਸ਼ਿਮ ਸ਼ਾਹ ਉਹਨੇ ਜਿਉਣਾ ਕੀ, ਜਿਹਦੇ ਘਰ ਵਿੱਚ ਸ਼ੇਰ ਬੁਕੇਂਦਾ, ਮਤਲਬ ਤੁਸੀਂ ਆਪਣੇ ਅੰਦਰ ਨੂੰ ਸਾਫ਼ ਨਹੀਂ ਕੀਤਾ, ਤੁਸੀਂ ਜਿਉਣਾ ਕੀ ਹੈ, ਤੁਹਾਡੇ 'ਤੇ ਸ਼ੇਰ ਤੁਹਾਡੇ ਘਰ ਦੇ ਅੰਦਰ ਦੇ ਸ਼ੇਰ ਬਬਰੀਆਂ ਮਾਰ ਰਿਹਾ, ਤੁਹਾਨੂੰ ਖਾ ਜਾਏਗਾ ਉਹ, ਤੁਹਾਡਾ ਨਫਸ ਜਿਹੜਾ ਹੈਗਾ। ਸੋ ਮਤਲਬ ਇਹ ਹੈ ਕਿ ਹਾਸ਼ਿਮ ਸ਼ਾਹ ਜਿਹੜਾ ਹੈ ਉਹ ਇੱਕ ਇੱਕ ਬਹੁਤ ਮੁੱਢਲਾ ਸ਼ਾਇਰ ਹੈ ਔਰ ਉਹਦੀ ਪੜ੍ਹਿਆ ਜਾਣਾ ਬਹੁਤ ਲਾਜ਼ਮੀ ਹੈਗਾ ਜੇ ਤੁਸੀਂ ਵਾਕਈ ਪੰਜਾਬੀ ਸ਼ਾਇਰੀ ਜਿਹੜੀ ਹੈ ਉਹਨੂੰ ਸਮਝਣਾ ਔਰ ਉਹਨੂੰ ਗ੍ਰੈਸਪ ਕਰਨਾ ਚਾਹੁੰਦੇ ਹੋ ਤੇ। ਅੱਛਾ, ਯੂਸਫ ਸੁਲੇਖਾ ਜਿਹੜਾ ਹੈ ਇਹ ਤਾਂ ਬਾਰੋਡ ਨਹੀਂ ਹੈ ਵੀ ਕੋਨਸੈਪਟ ਸਾਰਾ? ਯੂਸਫ ਸੁਲੇਖਾ ਤਾਂ ਬੁਨਿਆਦੀ ਤੌਰ 'ਤੇ ਮਿਡਲ ਈਸਟ ਦਾ ਕਿੱਸਾ ਹੈ ਜੀ, ਔਰ ਯੂਸਫ ਸੁਲੇਖਾ ਜਿਹੜਾ ਹੈ ਉਹ ਕੁਰਾਨ ਦਾ ਕਿੱਸਾ ਹੈ। ਸੋ ਮਤਲਬ ਇਹ ਸਵਾਲ ਤੁਸੀਂ ਕਰ ਸਕਦੇ ਹੋ ਕਿ ਹਾਸ਼ਿਮ ਸ਼ਾਹ ਯੂਸਫ ਜ਼ੁਲੈਖਾ ਵੱਲ ਬਾਰ ਬਾਰ ਕਿਉਂ ਇਸ਼ਾਰਾ ਕਰਦਾ ਹੈ ਔਰ ਵਾਰਿਸ ਸ਼ਾਹ ਉਹਦਾ ਹੀ ਹਮਅਸਰ ਹੈ? ਵਾਰਿਸ ਸ਼ਾਹ ਬਿਲਕੁਲ ਨਹੀਂ ਕਰਦਾ, ਵਾਰਿਸ ਸ਼ਾਹ ਯੂਸਫ ਜ਼ੁਲੈਖਾ ਦਾ ਕਿਤੇ ਵੀ ਜ਼ਿਕਰ ਨਹੀਂ ਕਰਦਾ, ਬੁੱਲੇ ਸ਼ਾਹ ਕਿਤੇ ਵੀ ਜ਼ਿਕਰ ਨਹੀਂ ਕਰਦਾ, ਲੇਕਿਨ ਹਾਸ਼ਿਮ ਸ਼ਾਹ ਕਰਦਾ, ਹਾਸ਼ਿਮ ਸ਼ਾਹ ਕਰਦਾ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੌਲਵੀ ਗੁਲਾਮ ਰਸੂਲ ਇੱਕ ਪੂਰੀ ਜਿਹੜੀ ਸਾਡੀ ਉਹਦੇ 'ਤੇ ਗੱਲ ਵੀ ਹੋਈ ਸੀ। ਗਿਵਨ ਕਿ ਹਾਸ਼ਿਮ ਸ਼ਾਹ ਨੂੰ ਅਰਬੀ ਵੀ ਆਉਂਦੀ ਹੈ, ਫਾਰਸੀ ਵੀ ਆਉਂਦੀ ਹੈ, ਉਰਦੂ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈ, ਸ਼ਾਇਰੀ ਸਿਰਫ ਪੰਜਾਬੀ 'ਚ ਕਰ ਰਿਹਾ, ਇਸ ਤੋਂ ਬਾਵਜੂਦ ਕੋਨਸੈਪਟ ਜਿਹੜਾ ਹੈ
ਜੋ ਪੰਜਾਬੀ ਦਾ ਕਿੱਸਾ ਵੀ ਲਿਖ ਰਿਹਾ ਉਹਦੇ 'ਚ ਵੀ ਕੋਨਸੈਪਟ ਜਿਹੜਾ ਹੈ ਉਹ ਉੱਥੋਂ ਬੋਰੋ ਕਰਕੇ ਚਲਾ ਰਹੇ ਹਾਂ। ਮੇਰੇ ਖਿਆਲ ਉਹਦੀ ਇੱਕ ਤਾਂ ਵਜ੍ਹਾ ਇਹ ਸੀ ਕਿ ਜਿਹੜਾ ਆਪਣਾ ਜਿਹੜੀ ਸੱਸੀ ਹੈ, ਮਤਲਬ ਸੱਸੀ ਜਿਹੜੀ ਹੈ ਉਹਦਾ ਜਿਹੜਾ ਇਸ਼ਕ ਹੈ ਉਹ ਜ਼ੁਲੈਖਾ ਨਾਲ ਜ਼ਿਆਦਾ ਮਿਲਦਾ ਹੈ, ਕਿਉਂਕਿ ਜ਼ੁਲੈਖਾ ਵੀ ਜਿਹੜਾ ਆਸ਼ਿਕ ਹੈ, ਯੂਸਫ ਮਾਸ਼ੂਕ ਹੈ, ਇਹਦੇ ਵਿੱਚ ਸੱਸੀ ਆਸ਼ਿਕ ਹੈ ਔਰ ਪੁੰਨੂ ਮਾਸ਼ੂਕ ਹੈ। ਅੱਛਾ, ਇੱਕ ਤਾਂ ਇੱਕ ਰੋਮੈਂਟਿਕ ਇੱਕ ਤਾਂ ਇੱਕ ਆ ਗਿਆ ਨਾ ਕਿ ਉਹ, ਔਰ ਦੂਸਰੀ ਗੱਲ ਇਹ ਹੈ ਕਿ ਵਾਰਿਸ ਸ਼ਾਹ ਔਰ ਬੁੱਲੇ ਸ਼ਾਹ ਜਿਵੇਂ ਕਿ ਇੰਡੀਜਨਸ ਸਨ, ਇੱਥੋਂ ਤੁਹਾਨੂੰ ਪਤਾ ਇਹ ਲੱਗਦਾ ਹੈ ਹਾਸ਼ਿਮ ਸ਼ਾਹ ਦੀ ਪੋਇਟਰੀ ਤੋਂ ਕਿ ਆਉਣ ਵਾਲਾ ਜ਼ਮਾਨਾ ਕਿੱਧਰ ਜਾ ਰਿਹਾ। ਐਜ਼ ਏ ਮੈਟਰ ਆਫ ਫੈਕਟ ਅਗਰ ਤੁਸੀਂ ਦੇਖੋ ਤਾਂ ਹਾਸ਼ਿਮ ਸ਼ਾਹ ਦੀ ਜਿਹੜੀ ਯੂਸਫ ਜ਼ੁਲੈਖਾ ਵੱਲ ਸੈਨਤ ਵਾਰ ਵਾਰ ਆਉਂਦੀ ਹੈ, ਤੁਹਾਨੂੰ ਪਤਾ ਇਸ ਤੋਂ ਇਹ ਅੰਦਾਜ਼ਾ ਤੁਸੀਂ ਲਾ ਲਓ ਕਿ ਅਗਲੀ ਜਿਹੜੀ ਸਟੇਜ ਆ ਰਹੀ ਹੈ ਪੰਜਾਬੀ ਕਲਾਸਿਕ ਦੀ ਉਹਦੇ ਵਿੱਚ ਕਿੱਸਾ ਜਿਹੜਾ ਹੈਗਾ ਉਹ ਬਜਾਏ ਇੰਡੀਜਨਸ ਦੇ ਨਾਨ ਇੰਡੀਜਨਸ ਹੋਣ ਜਾ ਰਿਹਾ, ਜੋ ਕਿ ਫਿਰ ਹੋਇਆ ਵੀ ਠੀਕ ਹੈ। ਅੱਛਾ, ਮੈਂ ਇਹ ਪੁੱਛਣ ਲੱਗਾ ਸਾਂ ਕਿ ਇੱਕ ਤਾਂ ਉਹਦੀ ਜਿਹੜੀ ਇਨਫਿਨਿਟੀ ਹੈ ਰੋਮੈਂਸ ਦੀ, ਇੱਕ ਤਾਂ ਉਹਦੇ 'ਚ ਫੋਕਸ ਹੋਇਆ ਨਾ, ਲੇਕਿਨ ਜੋ ਸੋਸ਼ਲ ਜਿਹੜਾ ਉਹਦਾ ਆਸਪੈਕਟ ਹੈ ਉਹਦੇ 'ਚ ਕਿਆ ਇਹ ਕਿਹਾ ਜਾ ਸਕਦਾ ਕਿ ਜੇ ਵੂਮੈਨ ਜਿਹੜੀ ਹੈ ਉਹਨੂੰ ਇੰਪਾਵਰ ਕਰ ਰਿਹਾ ਹੈ ਸ਼ਾਇਰ, ਉਹਦੇ 'ਚ ਉਹਨੂੰ ਆਸ਼ਿਕ ਬਣਾ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਉਹ ਅੱਗੇ ਜਾ ਰਹੀ ਹੈ। ਹਾਂ ਹਾਂ ਬਿਲਕੁਲ ਬਿਲਕੁਲ, ਇਹ ਦੱਸ ਰਿਹਾ ਕਿ ਮਤਲਬ ਇਹ ਹੈ ਕਿ ਜਿਹੜਾ ਸਾਡਾ ਅੱਜ ਦਾ ਤਸੱਵਰ ਹੈ ਔਰ ਜਿਹੜਾ ਸਾਡਾ ਔਰਤ ਨੂੰ ਪੈਸਿਵਿਟੀ ਦੇ ਵਿੱਚ ਕੰਸੀਵ ਕਰਨ ਦਾ ਤਸੱਵਰ ਹੈ, ਇਹ ਤਸੱਵਰ ਸਾਡਾ ਆਪਣੇ ਜ਼ਮਾਨੇ ਦਾ ਹੈਗਾ ਔਰ ਹਮੇਸ਼ਾ ਔਰਤ ਇੰਜ ਨਹੀਂ ਸੀ ਹੈਗੀ। ਨਹੀਂ, ਲੇਕਿਨ ਦੇਖੋ ਜਿਹੜੀ ਹੀਰ ਹੈ ਉਹਦੇ 'ਚ ਵੀ ਹੀਰ ਦਾ ਵੀ ਖਲੋ ਜਾਣਾ, ਪੂਰੀ ਸੋਸਾਇਟੀ ਦੇ ਅੱਗੇ ਖਲੋ ਜਾਣਾ, ਇਹ ਮਤਲਬ ਇਹ ਵੀ ਆਪਣੇ ਇਨ ਇਟ ਸੈਲਫ ਇੱਕ ਬੜੀ ਕਰੇਜੀਅਸ। ਬਿਲਕੁਲ ਬਿਲਕੁਲ ਬਿਲਕੁਲ, ਹੀਰ ਦੇ ਵਿੱਚ ਵੀ ਉਹ ਕੁਆਲਿਟੀਜ਼ ਨੇ, ਲੇਕਿਨ ਉਹਦੇ ਵਿੱਚ ਇਹ ਹੈ ਕਿ ਰਾਂਝਾ ਜਿਹੜਾ ਹੈ ਉਹ ਚੱਲ ਕੇ ਆਉਂਦਾ ਹੀਰ ਕੋਲ, ਠੀਕ ਹੈ। ਇੱਥੇ ਸੱਸੀ ਜਿਹੜੀ ਹੈ ਉਹ ਜਾ ਰਹੀ ਹੈ, ਠੀਕ ਹੈ, ਹੋਤ ਪੁੰਨੂ ਨੂੰ ਲੱਭਣ, ਪੁੰਨੂ ਨੂੰ ਲੱਭਣ ਜਾ ਰਹੀ ਹੈ। ਸੋ ਮਤਲਬ ਇਹ ਹੈ ਕਿ ਇਹਦੇ 'ਚ ਇਹ ਵੀ ਤੁਸੀਂ ਦੇਖੋ ਕਿ ਜਿਹੜਾ ਹਿੰਦੀ ਸ਼ਾਇਰੀ ਹੈ, ਜਿਹੜਾ ਨੌਰਥ ਇੰਡੀਆ ਦੀ ਸ਼ਾਇਰੀ ਹੈ, ਉਹ ਸਾਰੀ ਸ਼ਾਇਰੀ ਦੇ ਵਿੱਚ ਜਿਹੜਾ ਜਿਹੜੀ ਬੋਲਣ ਵਾਲੀ ਹੈ, ਜਿਹੜਾ ਮੁਤਕੱਲਮ ਹੈ, ਉਹ ਹਮੇਸ਼ਾ ਔਰਤ ਹੁੰਦੀ ਹੈ। ਸਹੀ, ਭਾਵੇਂ ਉਹ ਸ਼ਾਹ ਹੁਸੈਨ ਹੋਵੇ, ਭਾਵੇਂ ਦੂਜੇ ਹੋਣ, ਭਾਵੇਂ ਬੁੱਲੇ ਸ਼ਾਹ ਹੋਵੇ, ਬਿਲਕੁਲ ਨਹੀਂ, ਮੈਂ ਕੱਟਦੀ ਹੁੱਟੀ ਇੱਕ ਆਪਣੀ ਜਨਾਨੀ ਦੇ ਤੌਰ ਦੇ ਉੱਤੇ, ਆਸ਼ਕ ਦੇ ਤੌਰ 'ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਨੇ। ਸੱਸੀ ਪੁੰਨੂ ਦੇ ਵਿੱਚ ਉਹ ਐਕਚੁਅਲੀ ਉਹ ਜਿਹੜੀ ਕਿ ਮਰਦ ਆਪਣੇ ਆਪ ਨੂੰ ਔਰਤ ਦੇ ਤੌਰ ਦੇ ਉੱਤੇ ਆਸ਼ਕ ਜ਼ਾਹਰ ਕਰ ਰਿਹਾ ਹੈ, ਸੱਸੀ ਪੁੰਨੂ 'ਚ ਉਹ ਐਕਚੁਅਲੀ ਔਰਤ ਹੀ ਆਸ਼ਕ ਹੈ।